ਅਸਲਾਮੁਅਲੈਕੁਮ ਨਾਜ਼ਰੀਨ, ਅੱਜ ਅਸੀਂ ਫੈਸਲਾਬਾਦ ਦੇ ਇਲਾਕਾ ਝਾਲ, ਬੜਾ ਬਰੀਕ ਲੋਕਾਂ ਦਾ ਇਲਾਕਾ ਹੈ, ਦੇਖਦੇ ਹਾਂ ਕਿਹੜਾ ਬੰਦਾ ਸਹੀ ਸਵਾਲ ਜਵਾਬ ਦਿੰਦਾ ਅਤੇ ਕਿਹੜਾ ਬੰਦਾ ਬਿਲਕੁਲ ਹੀ ਨਿਜ਼ਾਮ ਕੀ ਕਰਦਾ। ਮੈਨੂੰ ਕਰੈਕਟਰ ਲੱਭ ਲੈਣ ਦਿਓ ਕੋਈ ਇੱਥੇ, ਆ ਯਾਰ ਜ਼ਰਾ। ਅਸਲਾਮੁਅਲੈਕੁਮ। ਵਾਲੈਕੁਮ ਸਲਾਮ, ਕੀ ਹਾਲ ਆ? ਠੀਕ ਹੈ। ਮੈਂ ਤੈਨੂੰ ਕੁਛ ਸਵਾਲ ਕਰਨੇ ਨੇ ਨਿਕਾਹ ਬਾਰੇ। ਅੱਛਾ ਚੱਲ, ਇਹ ਦੱਸ, ਯੂ ਆਰ ਵਟ ਦਾ ਆਫ ਨੇਸ਼ਨ ਜਾਂ ਗੌਰਮੈਂਟ ਇਨ ਦਾ ਲਾਈਨ ਟੇਬਲ ਟੋਕ? ਕੀ ਵਟ ਆਰ ਯੂ ਡੂਇੰਗ? ਉਰਦੂ ਹੀ ਦੱਸੋ ਮੈਨੂੰ, ਉਰਦੂ। ਉਹ ਮੈਂ ਪੁੱਛ ਰਿਹਾ, ਇਮਰਾਨ ਖਾਨ ਤੋਂ ਤੁਸੀਂ ਮੁਤਮਿਨ ਆ ਕਿ ਨਹੀਂ? ਨਹੀਂ, ਅਸੀਂ ਆਪਣੇ ਮਾਂ ਪਿਓ ਤੋਂ ਨਹੀਂ ਮੁਤਮਿਨ। ਅਯਾ ਉਹ ਮੇਰੇ ਮੌਲਾ, ਕਿਉਂ ਕੀ ਹੋਇਆ? ਹੈਂ, ਬਾਕੀ ਸੋਹਣੇ ਜੰਮੇ ਤਦ ਨਹੀਂ ਮੁਤਮਿਨ? ਨਾਰਾਜ਼ ਉਹਨਾਂ ਨਾਲ ਕਿ ਬਾਕੀ ਸਾਰੇ ਅੱਛੇ ਨੇ, ਬਾਕੀ ਸਾਰੇ ਦੇ ਨਕਸ਼ੇ ਨੈਣ ਵੀ ਠੀਕ ਨੇ, ਅਤੇ ਮੇਰੀ ਵਾਰੀ ਕੀ ਹੋਇਆ? ਮੂੰਹ ਢਿੱਲਾ ਛੱਡਣਾ ਥੋੜ੍ਹਾ ਆ ਜਾਂਦੇ, ਰਿਲੈਕਸ ਪਿਆ ਨਾ। ਅੱਛਾ ਇਹ ਦੱਸ, ਇੱਕ ਨਾ ਫਕੀਰ ਆ, ਹਾਂ, ਉਹਦਾ ਭਰਾ ਮਰ ਜਾਂਦਾ, ਉਹਦੀ ਆਈ ਹੋਣੀ? ਆਹੋ, ਉਹ ਮਰ ਗਿਆ ਨਾ, ਲੇਕਿਨ ਜਿਹੜਾ ਮਰਿਆ ਨਾ ਉਹਦਾ ਭਰਾ, ਉਹਦਾ ਭਰਾ ਕੋਈ ਨਹੀਂ ਗਾ। ਕਿੱਦਾਂ? ਇੱਦਾਂ ਹੀ ਗੱਲ ਵੀ ਕਰਨਾ। ਇਹ ਜਿਹੜਾ ਕੰਮ ਨਾ, ਇੱਕ ਅੱਧੀ ਵਾਰੀ ਸੋਹਣਾ ਲੱਗਦਾ, ਹਰ ਵਾਰੀ ਨਹੀਂ ਲੱਗਦਾ। ਚੱਲ ਕਿੱਦਾਂ ਤੂੰ ਦੱਸ, ਹਾਂ, ਇੱਕ ਫਕੀਰ ਆ, ਉਹਦਾ ਭਰਾ ਮਰ ਗਿਆ, ਉਹ ਜਿਹੜਾ ਮਰਿਆ ਨਾ ਉਹਦਾ ਕੋਈ ਭਰਾ ਨਹੀਂ, ਉਹ ਇਕੱਲਾ ਹੀ ਆ। ਇਹ ਕਿੱਦਾਂ ਹੋਇਆ ਕਿ ਉਹਦਾ ਇੱਕ ਫਕੀਰ ਦਾ ਭਰਾ ਮਰਿਆ ਅਤੇ ਉਹ ਇਕੱਲਾ ਹੀ ਆ, ਉਹਦਾ ਹੋਰ ਕੋਈ ਭਰਾ ਹੀ ਨਹੀਂ ਹੈਗਾ, ਇਹ ਕਿੱਦਾਂ ਹੋ ਸਕਦਾ? ਪਤਾ ਨਹੀਂ ਕੀ, ਪਤਾ ਨਹੀਂ। ਅੱਛਾ ਚੱਲ ਇਹ ਦੱਸ, ਜਿਹੜਾ ਤੇਰੀ ਭਰਜਾਈ ਦੀ ਨਨਾਣ ਉਹ ਤੇਰੀ ਕੀ ਲੱਗੀ? ਹੈਂ, ਭਜਾਈ ਦੀ ਨਨਾਣ? ਭਜਾਈ ਓਏ, ਭਜਾਈ ਦੀ ਨਹੀਂ, ਭਰਜਾਈ ਦੀ, ਭਰਜਾਈ ਦੀ ਮੇਰੀ ਭੈਣ। ਲਤੀਫਾ ਕੋਈ ਗੱਲ ਸੁਣਾ ਸੀ ਜਿਹੜਾ ਮੈਨੂੰ ਹਾਸਾ ਆਵੇ? ਤੁਹਾਡਾ ਮੂੰਹ ਇੱਦਾਂ ਜਿਵੇਂ ਖੁਸਰਿਆਂ ਦਾ ਹੋਟਲ ਹੁੰਦਾ। ਹੋਰ, ਅੱਧਾ ਕਿਲੋ ਘੋੜਾ ਹੁੰਦਾ। ਵਾਹ ਵਾਹ, ਹੋਰ ਕੰਨਾਂ ਦੇ ਜਰਾਬਾਂ ਪਾ ਕਹਿੰਦੇ ਮੈਨੂੰ ਬੱਕਰਾ ਕਹੋ। ਹੋਰ ਲੱਸੀ ਨਾਲ ਵਿਹੜਾ ਧੋਤਾ ਹੁੰਦਾ। ਅੱਛਾ ਨਾਲ ਇੰਜ ਵੀ ਕਰ ਬਈ, ਨਾਕਾ ਲਾ ਕੇ ਜਿੰਨ ਫੜਿਆ ਹੁੰਦਾ, ਨਾਕਾ ਲਾ ਕੇ ਤੇ ਘੇਰਾ ਪਾ ਕੇ, ਨਾਕਾ ਲਾ ਕੇ, ਨਾਕਾ ਲਾ ਕੇ। ਅੱਛਾ ਤੂੰ ਇੱਥੇ ਕੀ ਕਰਦਾ? ਹੈਂ, ਉਲਟੀਆਂ। ਕੱਲ ਗਟਰ ਦੇ ਕੋਲ ਬਹਿ ਕੇ ਰੋਈ ਜਾਵੇ, ਮੈਂ ਕਿਹਾ ਕੀ ਹੋਇਆ? ਕਹਿੰਦੇ ਮੇਰੇ ਤੰਦੂਰ 'ਚ ਕੋਈ ਪਾਣੀ ਪਾ ਗਿਆ। ਲਓ ਜੀ, ਦਿਸ ਇਜ਼ ਫੈਸਲਾਬਾਦ ਹੈ, ਫੈਸਲਾਬਾਦ ਦੀ ਸ਼ਾਨ ਆ ਕਿ ਦੇਖੋ ਉਹਦਾ ਸ਼ਕਲ ਤੁਸੀਂ ਦੇਖੋ, ਮਤਲਬ, ਲੇਕਿਨ ਉਹਦੀ ਗੱਲ ਕਿੱਡੀ ਅੱਛੀ ਕਰ ਰਹੇ ਹੋ। ਮੈਂ ਪਿਛਲੀ ਵਾਰੀ ਵੀ ਕਿਹਾ ਸੀ ਕਿ ਇਹ ਮੁਨਾਫਕਤ ਹੁੰਦੀ ਆ, ਜਿੱਦਾਂ ਦਾ ਮੂੰਹ ਹੋਵੇ ਨਾ ਉਦਾਂ ਦੀ ਗੱਲ ਕਰਨੀ ਚਾਹੀਦੀ, ਤੂੰ ਗੱਲ ਐਡੀ ਅੱਛੀ ਕਰ ਰਿਹਾ। ਸਿਰ 'ਤੇ ਛਾਪਰ ਪਾ ਕੇ ਨਹਿਰ 'ਚ ਨਹਾਈ ਜਾ ਰਿਹਾ, ਮੈਂ ਕਿਹਾ ਕੀ ਕਹਿੰਦੇ ਮੇਰੇ ਅਕਲ 'ਚ ਪਾਣੀ ਪੈ ਜਾਂਦਾ। ਮੈਂ ਚਾਹ ਰਿਹਾ ਤੈਨੂੰ ਲੋਕੀ ਪਛਾਣਨ ਕੇ ਯਾਰ, ਮੈਂ ਕਿਹਾ ਤੁਸੀਂ ਰੋਜ਼ੇ ਨਹੀਂ ਰੱਖਦੇ? ਕਹਿੰਦੇ ਛੋਟਾ ਜਿਹਾ ਮੇਰਾ ਘਰ, ਮੈਂ ਬੱਚੇ ਰੱਖਾਂਗੇ, ਰੋਜ਼ੇ ਰੱਖਾਂ, ਲੈਟਰਿਨ 'ਚ ਬਹਿ ਕੇ ਪਾਨ ਖਾਈ ਜਾ ਰਹੇ। ਮੈਂ ਕਿਹਾ ਤੁਹਾਨੂੰ ਬੋਰ ਨਹੀਂ ਹੁੰਦੀ? ਕਹਿੰਦੇ ਮੈਂ ਖੁਸ਼ਬੂ ਵਾਲਾ ਲਵਾਇਆ। ਜੱਫੀ ਪਾ, ਠਹਿਰ ਇੱਕ ਮਿੰਟ, ਚੱਲ ਆਉਣਾ। ਨਹੀਂ ਨਹੀਂ, ਮੈਂ ਵੈਸੇ ਮਜ਼ਾਕ ਲੱਗਾ ਵੀਰੇ, ਟਾਂਗੇ ਤਾਂ ਲੈ ਜਾਂਦੇ ਹੋ, ਹਾਂ ਮੇਰੇ ਮਗਰੋਂ ਵੀ ਲਾਇਓ ਯਾਰ। ਮੈਂ ਐਡੀ ਦੂਰੋਂ ਤੈਨੂੰ ਲੱਭ ਕੇ ਤੇਰਾ ਇੰਟਰਵਿਊ ਕਰ ਰਿਹਾ, ਮੈਂ ਸਾਈਕਲ ਚੋਰ ਹਾਂ, ਬਰਫ ਵਾਲੀ ਦੁਕਾਨ ਤੇ ਜਾ ਕਹਿੰਦੇ ਕਿੰਨੇ ਦੀ ਪੱਟੀ? ਕਹਿੰਦੇ 100 ਰੁਪਏ ਦੀ। ਕਹਿੰਦੇ ਮੇਰੇ ਗਿੱਟੇ ਤੇ ਕਰ ਦੋ। ਲਓ ਜੀ ਨਾਜ਼ਰੀਨ, ਕਿਆ ਬਾਤ ਹੈ, ਸਦਕੇ ਜਾਵਾਂ। ਬਸ ਮੈਂ ਨੀ ਕੋਈ ਜੁਗਤ ਮਾਰਨੀ ਤੈਨੂੰ, ਕਿਉਂ ਪਤਾ ਕੀ, ਮੈਂ ਵੀ ਫੈਸਲਾਬਾਦ ਦਾ, ਤੁਸੀਂ ਫੈਸਲਾਬਾਦ ਦੇ ਜੇ, ਮੈਂ ਲਾਹੌਰ ਜਾ ਕੇ ਜੁਗਤਾਂ ਮਾਰਦਾ ਲੋਕਾਂ ਨੂੰ, ਤਾਂ ਕਿ ਉਹ ਨਾ ਠੀਕ ਨੇ ਉੱਥੇ ਜੁਗਤਾਂ, ਇੱਥੇ ਮੈਂ ਤੈਨੂੰ ਜੁਗਤਾਂ, ਇੱਥੇ ਤੂੰ ਮਾਰ ਜੁਗਤਾਂ, ਲੋਕੀ ਜੁਗਤਾਂ ਮਾਰਨ ਤਾਂ ਕਿ ਆਵਾਮ ਆਡੀਅੰਸ ਜਿਹੜੀ ਨਾ ਇੰਜੋਏ ਕਰੇ। ਹੋਰ ਸੁਣਾਓ? ਮੈਂ ਠੀਕ ਹਾਂ, ਕੁਆਰ ਹੀ ਲੱਗਦਾ ਜੇ। ਬਿਸਮਿਲ੍ਲਾ। ਇਹਨਾਂ ਨੂੰ ਕਿਸੇ ਨੇ ਕਿਹਾ ਫਰਿਸ਼ਤਾ ਸਰਾਣ ਵਾਲੀ ਸਾਈਡ ਤੋਂ ਜਾਨ ਕੱਢਦਾ, ਤੇ ਦੋਵਾਂ ਸਾਈਡ ਤੇ ਪੈਂਦਾ ਪਵਾ ਲਿਆ। ਤਾਏ ਦੀ ਦੁਕਾਨ 'ਚ ਮੈਂ ਗਿਆ ਭਾਈ, ਅੱਛਾ, ਉਹਨੇ ਐਂ ਕਰਕੇ ਫੁਹਾਰਾ ਮਾਰਿਆ, ਮੈਂ ਕਿਹਾ ਠਹਿਰ ਕੇ ਵਾਲ ਕੱਟੀ ਤਾਂ ਬਾਰਿਸ਼ ਰੁਕ ਜਾਵੇ। ਲਓ ਜੀ, ਬਹੁਤ ਸ਼ੁਕਰੀਆ, ਕਲੈਪ ਕਰ ਦਿਓ ਭੈਣ ਵਾਸਤੇ ਇੱਕ ਵਾਰੀ ਜ਼ਰਾ। ਵਾਹ ਵਾਹ ਵਾਹ, ਜ਼ਬਰਦਸਤ, ਆਓ ਜੀ।
लो जी नादरीन, मैं जिस शख्सियत के कोल बैठा है, यह इलाका हैगा झाल, इन मशहूर ने जिस तरह कुछ इलाके होंगे ना जिथे बड़ी बरीक गल होंदी है, बड़े बरीक लोग नफीस लोग होंगे ने गल करने वाले, उन्होंने एक इलाका फैसलाबाद का झाल जिहड़ा ये भी बड़ा मशहूर है। और यह जी शख्सियत इन्हों का नाम है बाबर कुरैशी। अस्सलाम वालेकुम सर। वालेकुम सलाम जनाब सज्जाद साहब। सब तो पहले तो असं तुहाडे शुक्रगुजार कि तुसीं जे साडे फैसलाबाद शहर दे विच कितना अच्छा अदारा दिता है, इसकी वजह के नाल पूरे फैसलाबाद की पूरी दुनिया च पहचान है। इस वास्ते जिहड़े मेरे लोग खलोते ने इस अदारे वास्ते एक क्लैप भी होनी चाहिए। मतलब इस शहर में की ऐसी मतलब खासियत है, ये कोई की रोल है कि मशहूर है पूरी दुनिया के यार है लैलपुर। मैं लाहौर जाना ना माड़ी जी किसी को गल कर देना, तू फैसलाबाद का भाई तेरे अभी कितने गल कर सकते, यह गल होंगी, यदि वजह की है? यदि सब तो पहले वजह है कि इतने गल पहले भी हो रही थी, गल इतने पहले भी हो रही थी। जिस तरह के तुम अक्सरों बेशतर वेखिया होना कि जेडे लोग लोहा लभदे ने लोहे के मकनातीस के नाल चीज नहीं लभदे, फैसलाबाद की मिट्टी एडी जरखेज है, इतने का कवाल बहुत ही इंटरनेशनल नुसरत अली। हाँ जी बिल्कुल, बहुत सारे आर्टिस्ट इजाद कैसर साहब। अच्छा फिर एक भी गल भी एक दिल करे तो कोई मालक आ उहदी 10 करोड़ रुपए का माल पे दुकान चो 18,000 रुपए का मुलाजम आ, वो मुलाजम जरा नहीं चकदा मालक तो गल कर लगे जनाब इतने तो गाहक जाया करते तो जुगत जाया नहीं करते, बल्कि तुम यकीन करो इतने स्पैशल सोच के जुगत नहीं मारते, गल के ना वो सैकेंड गल करनी होंगी है। मतलब मैं तुम कहना उधर हो जा यार, इतने ही बैठा इतने की तेल निकल आया, यानी ये नहीं गल है ना, इनू कहंदे ने फैसलाबाद। फैसलाबाद अचानक यकीन करो, असी एक बंदा आके कहंदा भाई इन्हें तेरे खुसरियां वाली गली कित्थे वे, तू नवाकम आदमी पुछण डिया, कहंदा भाजी हुण ते सौंगे होणे नहीं, मैं हैरान हां ते इत्थे मतलब इस तरह दी गल होंदी कि फैसलाबाद जी असी गल कर रहे हैं ना कि एक गल जो मैं ना जी लाहौरों अड्डे से उतरिया हाँ जी अड्डे अड्डे से उतरिया मैं तो एक रक्षे वाला ना हूँ 3 बजे का टाइम तो सारे रक्षे वाले कहते ना भी हाँ जी भाजी हाँ जी, तो एक रक्षे वाला सिर्फ मेरा लैं वेख रहा है तो मैं ना थोड़ा जा घट भी गया ना, मतलब क्यों देख रहा है? नहीं भी इस तरह क्यों देख रहा है? तो मैं वो मैं अखीर मैं कहा हाँ, तो मैंने इशारे ना कहना मैं क्या की मतलब, मैं लागे जाके मैं हाँ जी जाना, मैं हाँ जी, कहता बह वो तो स्टाइल ही ऐसा सी, मैं यार चलो ठीक है, मतलब किन्ने पैसे जिन्हें मर्जी दे दी, मैं सारे काम खराब आ। खैर दो चार गल्ला हुई तो मैं बह गया, तो जा रहा तो रस्ते ना गल करी जा रहा, उन्होंने जिहड़ी चीज नजर आ रही ना, कोई दुकान का शटर वड्डा आ रहा उत्ते गल करती, कोई स्पीड ब्रेकर वड्डा आया उत्ते गल करती, तो ना हुण गदा गाड़ी अपना निकली इंज तो अगों ना इंज करके वो जा रहा तो अगे रेहड़ी आ गई, तो उन्हें ना कोई मतलब 2 मिनट बाद स्लो स्लो तोड़ के ना उन्हें रेहड़ी इंज नूं कीती ते इंज कीती तो खिंच गया कि इन्नी देर मतलब इंज आ के ना होली जगे करके तो वो गदे वाल इशारा करके ना तो कहिंदा इहनू बुखार होया है मतलब, तो फिर वो चला गया। नहीं आम है दिल करो तो कोई तलकड़ा हो ना जोगत ना ना मजा ना असी बाजोकत रक्षे वाले कही कि यार झंग बाजार जाना कितने पैसे, मैं कह यार कितने पैसे, कहते जी 50 रुपए, मैं कह यार 25 ला ला, कहते भाजी उधरों खाली आना पैदा, मैं कह होर पासे तुहानू कणक दिंदे यार मतलब काफी सीरियसियां। अच्छा 30 साल हो गए तुसीं इत्थे ही बैठे, इत्थे ही बैठे या कि इधर उधर भी थोड़ा नहीं, मैंने कोई कड़ी नहीं लगी निशाने दफा देखा तुम उत्थे परे भी बैठे होने। हाँ हाँ बिल्कुल, इस तरह नहीं कि मैं व्हील चेयर से, मकसद यह है उन्हें काफी मुन्ना जी बड़ा प्यारा बड़ा अच्छा बरीक बंदा मुन्ना, देखो इधरा मुन्ना जी ए मुन्ना किस चक्कर च जी ए असी 60,000 दा लिया जी। अच्छा खान साहब कोई ऐसा वाकया कोई ऐसी गल भी जड़ा जरा मतलब थोड़ा जिहा असी सीरियस तो हट जाइए ते जरा लोग जड़ा भाई फैसलाबाद दा रंग आ जरा नजर आवे विच थोड़ा। एक दफा ना मैनू कहण लगे कि कवाल चाहिए इत्थों ही, हुण कवाल जिहड़े हुंदे ने उहनां दा इक जैसी वर्दी हुंदी, इक जैसा सिस्टम हुंदा है, इक जैसा निजाम हुंदा है। खैर मैं कवाल लैके मैं यार उन्होंने ना रिहर्सल नहीं है, कहता तुम लै आओ, वो वाकई जो कवाली शुरू हुई तो एक बोल अड़ गया, वो कवाल कहन लगे बिगड़ी बनाउणी मेरा पीर जानदा, बिगड़ी बनाउणी मेरा, वो पिछला कवाल यही कही है बिजली बनाउणी मेरा पीर, वो एडजस्टमेंट नहीं सजा साहब। अच्छा खान साहब मैनू कोई जुगत मारो कोई मतलब मेरे कोई खूमर के हिसाब ना कोई बनती तो थोड़े चपेट है, लेकिन मकसद लेकिन ये कि भाई चलो कोई गल चलो भाई नहीं कह रहे मैं वेला कहना मेरा टीवी इंटरव्यू चला तो। मैं गा सकता गा सकता वो पुत्रा इस टाइम पाकिस्तान जिन्होंने कोई काम नहीं आता गाउन डे
अच्छा चल इधर आ इतने आ इतने बह जा एंड मूह करना लगता सी चोर फड़िया इदा ये गाउन का किहड़ा स्टाइल गाना किहड़े सिंगर का सुनाएगा ਜਿਹਦਾ ਤੁਸੀਂ ਕਹੋਗੇ ਜਿਹਦਾ ਸਾਰੇ ਵਾਮ ਕਹਿੰਦਾ ਕਿਹੜੇ ਸਿੰਗਰ ਦਾ ਸੁਣਨਾ ਉਸਤਾਦ ਸਲਾਮਤ ਅਲੀ ਸਾਹਿਬ ਦੀ ਕੋਈ ਕਾਫੀ ਸੁਣਾ ਆ